ਅਸੀਂ ਡੀ ਨਿਊਜ਼ ਦੇਖ ਰਹੇ ਸਾਰੇ ਦੋਸਤਾਂ ਨੂੰ ਜੀ ਆਇਆਂ ਆਖਦੇ ਆ ਅਸੀਂ ਜਿਵੇਂ ਹਰ ਹਫਤੇ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਪ੍ਰੋਗਰਾਮ ਕਰਦੇ ਆ ਸਰਦਾਰ ਜਸਕਰਨ ਸਿੰਘ ਸਿਵੀਆਂ ਸਾਹਿਬ ਨਾਲ ਅੱਜ ਸਾਡਾ ਤੀਜਾ ਪ੍ਰੋਗਰਾਮ ਹੈ ਸਿਵੀਆਂ ਸਾਹਿਬ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਸਿਵੀਆਂ ਸਾਹਿਬ ਪਹਿਲਾਂ ਆਪਾਂ ਗੱਲ ਅਕਾਲੀ ਦਲ ਤੋਂ ਸ਼ੁਰੂ ਕਰਾਂਗੇ ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀ ਸਿੰਘ ਬਾਲ ਤੇ ਹੋਰ ਅਕਾਲੀ ਦਲਾਂ ਨੇ ਜਿਵੇਂ ਉੱਥੇ ਦਰਵਾਸਾਬ ਜਾ ਕੇ ਸੇਵਾ ਲਈ ਹੈ ਉਹਨਾਂ ਨੇ ਖਿਮਾ ਜਾਚਣਾ ਕੀਤੀ ਹੈ ਪਰ ਉਹਨਾਂ ਨੇ ਇਹ ਕਲੀਅਰ ਨਹੀਂ ਕੀਤਾ ਵੀ ਕਾਦੇ ਪਿਛੇ ਖਿਮਾ ਜਾਚਣਾ ਕਰੀਆ ਕੀ ਭੁੱਲਾਂ ਹੋਈਆਂ ਤੇ ਉਹਨਾਂ ਦੀਆਂ ਜਿਹੜੀਆਂ ਸੇਵਾ ਨੂੰ ਲੈ ਕੇ ਸੋਸ਼ਲ ਸਾਈਟਾਂ ਦੇ ਲੋਕਾਂ ਵੱਲੋਂ ਬਹੁਤ ਉਹਨਾਂ ਦਾ ਮਜ਼ਾਕ ਦਾ ਪਾਤਰ ਉਹਨੂੰ ਬਣਾਇਆ ਜਾ ਰਿਹਾ ਤੁਸੀਂ ਇਸ ਨੂੰ ਸਾਰੇ ਨੂੰ ਕਿਵੇਂ ਦੇਖਦੇ ਹੋ ਸ਼ਰੋਮਣੀ ਅਕਾਲੀ ਦਲ ਹੁਣ ਤੱਕ ਇਹ ਗੱਲ ਕਹਿੰਦਾ ਆਇਆ ਹੈ ਵੀ ਅਸੀਂ ਕੋਈ ਗਲਤੀ ਨਹੀਂ ਕੀਤੀ ਨਾ ਜਾਣੇ ਨਾ ਅਣਜਾਣੇ ਸਾਡੇ ਵੱਲੋਂ ਕੋਈ ਗਲਤੀ ਨਹੀਂ ਹੋਈ ਜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਲਤੀ ਹੋਈ ਨਹੀਂ ਸੀ ਤਾਂ ਇਹ ਮਾਫੀ ਕਿਹੜੀ ਗੱਲ ਦੀ ਮੰਗਣ ਵਗ ਗਏ ਹੋਏ ਐ ਇਹ ਲੋਕਾਂ ਦੀ ਜਿਹੜੀ ਚਰਚਾ ਚੱਲ ਰਹੀ ਹੈ ਇਹ ਲੋਕਾਂ ਦਾ ਠੀਕ ਹੈ ਕੋਈ ਗਲਤੀ ਕਰੀ ਨਹੀਂ ਜਾਂ ਹੁਣ ਤੱਕ ਕੋਈ ਗਲਤੀ ਮੰਨੀ ਨਹੀਂ ਤੇ ਫਿਰ ਇਹ ਗਲਤੀ ਮੰਨਣ ਕਾਦੀ ਗਏ ਐ ਜੇ ਉਹਨਾਂ ਨੇ ਕਿਤੇ ਗਲਤੀਆਂ ਕਰੀਆਂ ਭਾਵੇਂ ਉਹਦੀ ਭੁੱਲ ਬਖਸ਼ਾਉਣ ਗਏ ਐ ਪਰ ਉਹ ਲੋਕਾਂ ਨੂੰ ਵੀ ਦੱਸ ਦੇਣੀਆਂ ਚਾਹੀਦੀਆਂ ਵੀ ਸਾਥੋਂ ਆਹ ਆਹ ਗਲਤੀਆਂ ਹੋਈਆਂ ਅਸੀਂ ਇਹਦੀ ਭੁੱਲ ਬਖਸ਼ਾਉਣ ਗਏ ਵੇ ਗਲਤੀ ਦੱਸੀ ਕੋਈ ਨਹੀਂ ਜਾ ਰਹੀ ਭੁੱਲ ਬਖਸ਼ਾਉਣ ਗਏ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਜਾਣਦੇ ਹੀ ਹੈ ਵੀ ਉਹਨਾਂ ਨੇ ਕੀ ਗਲਤੀਆਂ ਕਰੀਆਂ ਕਿੱਥੇ ਗਈਆਂ ਕੋਈ ਨਾ ਕੋਈ ਉਹਨਾਂ ਦੇ ਮਨ ਦੇ ਵਿੱਚ ਤਾਂ ਇਹ ਗੱਲ ਪਈ ਹੈ ਨਾ ਵੀ ਸਾਡੇ ਰਾਜ ਭਾਗ ਦੌਰਾਨ ਸਾਥੋ ਆ ਗਲਤੀਆਂ ਹੋਈਆਂ ਅਸੀਂ ਕਿਤੇ ਗੁਰੂਗੰਗ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਾਂ ਕੋਈ ਹੋਰ ਵੀ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਰਾਜ ਭਾਗ ਦੌਰਾਨ ਵਾਪਰੀਆਂ ਜਿਹੜੀਆਂ ਲੋਕਾਂ ਨੇ ਵੇਖੀਆਂ ਉਹ ਗਲਤੀਆਂ ਕਿਤੇ ਨਾ ਕਿਤੇ ਤਾਂ ਹੋਏਗਾ ਨਾ ਜਿਹੜੀਆਂ ਮਨ ਦੇ ਵਿੱਚ ਪਈਆਂ ਸੀ ਅੱਜ ਜੇ ਉਹ ਭੁੱਲ ਬਖਸ਼ਾਉਣ ਗਏ ਐ ਤਾਂ ਚੰਗੀ ਗੱਲ ਐ ਭੁੱਲਾਂ ਉਹ ਬਖਸ਼ੀਆਂ ਜਾਂਦੀਆਂ ਜਾਂਦੀਆਂ ਹੁੰਦੀਆਂ ਜਿਹੜੀਆਂ ਜਾਣਬੁੱਝ ਕੇ ਨਾ ਕਰੀਆਂ ਹੋਣ ਜਾਣ ਜਾਣੇ ਹੋਈਆਂ ਭੁੱਲਾਂ ਗੁਰੂ ਮਹਾਰਾਜ ਬਖਸ਼ਣਹਾਰਾ ਬਖਸ਼ ਦਿੰਦੇ ਐ ਜੇ ਕੋਈ ਪਲੈਨਿੰਗ ਬਣਾ ਕੇ ਜਾਣਬੁੱਝ ਕੇ ਕਰੀ ਗਲਤੀ ਐ ਉਹ ਗੁਰੂ ਬਖਸ਼ਦਾ ਨਹੀਂ ਇਹ ਗੱਲਾਂ ਲੋਕਾਂ ਦੀਆਂ ਜਿਹੜੀਆਂ ਇਹ ਠੀਕ ਐ ਅਕਾਲੀ ਦਲ ਗਿਆ ਉੱਥੇ ਚਲੋ ਦਰਬਾਰ ਸਾਹਿਬ ਗਿਆ ਮੱਥਾ ਟੇਕ ਲੈਣਗੇ ਚੰਗੀ ਗੱਲ ਐ ਸਿਮਰ ਸਾਹਿਬ ਇੱਕ ਗੱਲ ਹੋਰ ਹੈ ਜਿਵੇਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਹ ਸਿੱਧਾਂ ਦੀ ਪਾਰਟੀ ਹੈ ਤੇ ਸਿੱਖ ਸਟੇਟ ਚੋਂ ਪੈਦਾ ਹੋਈ ਹੈ ਮੰਨ ਲਓ ਹੁਣ ਇਹਦੀ ਹਾਲਤ ਇੰਨੀ ਬਦਤਰ ਕਿਉਂ ਹੋ ਗਈ ਵੀ ਹਰੇਕ ਕੋਈ ਵੀ ਲੀਡਰ ਹੈ ਦੂਜੀਆਂ ਪਾਰਟੀਆਂ ਦੇ ਜਾਂ ਕੁਝ ਆਮ ਲੋਕ ਵੀ ਬਹੁਤ ਵੱਡੇ ਪੱਦਰ ਤੇ ਇਹਨਾਂ ਦੇ ਖਿਲਾਫ ਕਿਉਂ ਹੋ ਗਏ ਤੁਹਾਨੂੰ ਕਿਵੇਂ ਕੀ ਮਹਿਸੂਸ ਕਰਦੇ ਹੋ ਇਹਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੋਂਦ ਹੈ 1920 ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਬਾ ਖੜਕ ਸਿੰਘ ਵੱਲੋਂ ਤਿਆਰ ਕੀਤਾ ਗਿਆ ਉਦੀ ਕੁਝ ਹੋਰ ਸੀਗੀ ਉਹਦੇ ਆਉਣ ਦਾ ਕਾਰਨ ਗੁਰਦੁਆਰਿਆਂ ਦੇ ਵਿੱਚੋਂ ਇਹ ਲਹਿਰ ਚੱਲੂ ਹੋਈ ਸੀ ਗੁਰਦੁਆਰੇ ਸਹਿਬਾਨਾਂ ਦੀ ਰੱਖਿਆ ਖਾਤਰ ਸ਼੍ਰੋਮਣੀ ਅਕਾਲੀ ਦਲ ਦੀ ਕੈਮੀ ਹੋਈ ਸੀ ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਈ ਸ਼੍ਰੋਮਣੀ ਗੁਰਦੁਆਰਾ ਕਵੰਡ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਇੱਕ ਵਿੰਗ ਸੀ ਉਹ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਕੇ ਲੋਕਾਂ ਨੂੰ ਗੁਰਦੁਆਰਿਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਮੁਤਾਬਕ ਚੱਲਣ ਵਾਲੀ ਜਥੇਬੰਦੀ ਸੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਾਂ ਗੁਰਦੁਆਰਿਆਂ ਪ੍ਰਤੀ ਜਾਂ ਧਰਮ ਪ੍ਰਤੀ ਕੋਈ ਵਿਵਪਤਾ ਪਈ ਲੋਕਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਮੂਰਤਿਆਂ ਸ਼ਫਾ ਦੇ ਵਿੱਚ ਹੋ ਕੇ ਲੋਕਾਂ ਦੀ ਬਾਹ ਫੜੀ ਤੇ ਇਸ ਨੂੰ ਸੰਘਰਸ਼ਾਂ ਦੇ ਰੂਪ ਦੇ ਵਿੱਚ ਉਹਨਾਂ ਨੇ ਲੜਿਆ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਆਦਾ ਸਿਆਸਤ ਦੀ ਪੈ ਗਈ ਰਾਜ ਕੁਰਸੀ ਦੀ ਪੈ ਗਈ ਇਹ ਧਰਮ ਤੋਂ ਦੂਰ ਹੋ ਗਏ ਜਦੋਂ ਧਰਮ ਤੋਂ ਦੂਰ ਹੋ ਗਏ ਤੇ ਫਿਰ ਇਹ ਹਾਲਤ ਤਾਂ ਹੋਣੀ ਸੀ ਇੱਕ ਧਰਮ ਦੀ ਖਾਤਰ ਜਥੇਬੰਦੀ ਬਣੀ ਹੋਵੇ ਉਹ ਆਪ ਦੇ ਟੀਚੇ ਤੋਂ ਆਪ ਹੀ ਪਛਾਹ ਹਟ ਗਈ ਹੋਵੇ ਤੇ ਫਿਰ ਲੋਕਾਂ ਨੇ ਉਹਨਾਂ ਨੂੰ ਸਿਖਾਉਣਾ ਸੀ ਗੁਰੂ ਮਹਾਰਾਜ ਵੱਲੋਂ ਵੀ ਇਹ ਹੋਇਆ ਪਿੱਛੇ ਇੱਕ ਅੱਜ ਤੋਂ 10-12 ਸਾਲ ਸੋਦੀ ਜਿਆਦਾਸ਼ਤ ਹੋਵੇ ਉਹ ਇੱਕ ਮੋਗਾ ਰੈਲੀ ਹੋਈ ਸੀ ਜਿਦੇ ਵਿੱਚ ਇਹਨਾਂ ਦੇ ਭਾਜਪਾ ਨੇਤਾ ਵੀ ਆਏ ਉਸ ਤੇ ਨਹੀਂ ਇਹਨਾਂ ਨੇ ਸ਼ਰੋਮਣੀ ਅਕਾਲੀ ਦਲ ਪਾਰਟੀ ਨੂੰ ਖਤਮ ਕਰਕੇ ਪੰਜਾਬੀ ਦਲ ਕਾਇਮ ਕਰ ਲਿਆ ਸੀ ਲੋਕਾਂ ਨੂੰ ਇਹ ਵੀ ਕਹਿੰਦੇ ਰਹੇ ਅਸੀਂ ਸੈਕੂਲਰ ਪਾਰਟੀ ਬਣਾਉਣੀ ਹੈ ਅਸੀਂ ਉਹ ਬਣਾਉਣੀ ਹੈ ਅਸਰ ਸੈਕੂਲਰ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਆਪਦੇ ਧਰਮ ਦੇ ਖਿਲਾਫ ਹੀ ਚੱਲੀ ਜਾਓ ਦੂਜਿਆਂ ਦੀਆਂ ਵੋਟਾਂ ਲੈਣ ਦੀ ਖਾਤਰ ਆਪਦੇ ਧਰਮ ਨਾਲੋਂ ਵੀ ਇਹ ਦਿਨੋਂ ਦਿਨ ਟੁੱਟਦੇ ਗਏ ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਪੁਰਾਣੇ ਆਪਦੇ ਜਿਹੜੇ ਇਹਨਾਂ ਦੇ ਸੰਘਰਸ਼ ਸੀ ਉਹਨਾਂ ਤੇ ਨਜ਼ਰਸ਼ਾਨੀ ਨਹੀਂ ਕਰਦਾ ਆਪਦੇ ਜਿਹੜੇ ਇਹਨਾਂ ਦਾ ਸਿਧਾਂਤ ਸੀ ਉਹਦੇ ਤੇ ਕਾਇਮ ਨਹੀਂ ਹੁੰਦਾ ਉਹਨਾਂ ਚ ਸ਼ਰੋਣੀ ਅਕਾਲੀ ਦਲ ਦੀ ਗੱਲ ਨਹੀਂ ਬਣਨੀ ਇਹਦੇ ਵਿੱਚ ਬੜੇ ਟਕਸਾਲੀ ਸਿੰਘ ਸੀ ਕਦੇ ਤਾਂ ਇਹ ਵੀ ਸੀਗਾ ਸ਼ਰੋਣੀ ਅਕਾਲੀ ਦਲ ਦਾ ਪ੍ਰਧਾਨ ਆ ਜਿਹੜਾ ਉਹ ਅਮਰਤਾਰੀ ਪੂਰਨ ਹੋਇਆ ਕਰਦਾ ਉਹਦੇ ਹੱਥ 'ਚ 3 ਫੁੱਟੀ ਕਿਰਪਾਨ ਵੀ ਹੋਇਆ ਕਰਦੀ ਉਹ ਪੂਰੀ ਮਰਜ਼ਾਦਾ 'ਚ ਹੋਇਆ ਕਰਦਾ ਹੁਣ ਦੇ ਤਾਂ ਪ੍ਰਧਾਨ ਵੀ ਮਾਡਰਨ ਹੈ ਇਸ ਕਰਕੇ ਸ਼ਰੋਣੀ ਅਕਾਲੀ ਦਲ ਹੈ ਜਿਹੜਾ ਉਹ ਲੋਕਾਂ 'ਚੋਂ ਦਿਨ-ਦਿਨ ਗਿਰਦਾ ਗਿਆ ਸਿਣੀਆ ਸਾਹਿਬਾ ਹੁਣ ਆਪਾਂ ਜੋ ਅਕਾਲੀ ਦਲ ਨੂੰ ਥੋੜਾ ਛੱਡ ਕੇ ਤੇ ਜੋ ਧਰਮ ਦਾ ਸੰਬੰਧੀ ਜੋ ਮੋਰਚਾ ਲੱਗਿਆ ਬਰਗਾੜੀ ਤਿੰਨ ਮੰਗਾ ਸੰਬੰਧੀ ਸਿਕ ਕੌਮ ਦੀਆਂ ਜੋ ਬੰਦੀ ਸਿੰਘਾਂ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਜਾਂ ਫਿਰ ਉਹ ਸਿੰਘਾਂ ਦੀ ਜੋ ਸਿੱਧੀ ਹੋਈ ਹੈ ਉਹਦੇ ਬਾ ਉਹਦੇ ਘਾਤਾਂ ਨੂੰ ਗ੍ਰਿਫਤਾਰ ਕਰਨ ਸੰਬੰਧੀ ਪਿੱਛੇ ਜੇ ਹੁਣ ਲੰਬੇ ਸਮੇਂ ਤੋਂ ਜਿਵੇਂ ਧਰਨ ਆਪਣਾ ਲੱਗਿਆ ਹੋਇਆ ਮੋਰਚਾ ਹੈ ਉਹ ਵਿੱਚ ਵਿੱਚ ਗੱਲਾਂ ਇਹ ਆ ਰਹੀਆਂ ਵੀ ਉਹ ਪਹਿਲਾਂ ਹੀ ਜਿਵੇਂ ਮੰਨ ਲਓ ਚੱਕਿਆ ਜਾਊਗਾ ਉੱਥੋਂ ਮੋਰਚਾ ਜਾਂ ਹੋਰ ਤਰ੍ਹਾਂ ਦੀਆਂ ਕਈਆਂ ਹਵਾਵਾਂ ਹੈਗੀਆਂ ਵੀ ਉਹ ਮੰਗਾ ਮੰਨੀਆਂ ਜਾਣਗੀਆਂ ਮਨ ਲੋ ਉਹਨਾਂ ਨੂੰ ਧਾਰਨਾ ਚੱਕਣਾ ਚਾਹੀਦਾ ਇਹਦੇ ਸਬੰਧੀ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਇਹਦੇ ਬਾਰੇ ਬਰਗਾੜੀ ਮੋਰਚਾ ਬਹੁਤ ਹੀ ਇਮਾਨਦਾਰੀ ਦੇ ਨਾਲ ਲੱਗਿਆ ਇਹਦੀਆਂ ਜਿਹੜੀਆਂ ਤਿੰਨ ਮੰਗਾਂ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਬੰਦੀ ਸਿੰਘ ਜਿਹੜੇ ਵੱਖ-ਵੱਖ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਹੈ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਦੀ ਰਿਹਾਈ ਇਹ ਮੰਗਾ ਬਰਗਾੜੀ ਮੋਰਚੇ ਦੀਆਂ ਮੇਨ ਸੀਗੀਆਂ ਤੇ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਨੇ ਬੜਗਾਰੀ ਮੋਰਚੇ ਨੂੰ ਪੂਰੀ ਲਾਮਬੰਦੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਚਲਾਇਆ ਤੇ ਲੋਕਾਂ ਨੇ ਇਹਦਾ ਬਹੁਤ ਜ਼ਿਆਦਾ ਵੱਡਾ ਸਾਥ ਦਿੱਤਾ ਅਸਲ ਸਾਥ ਦੇਣ ਦਾ ਕਾਰਨ ਲੋਕ ਇਹ ਨਹੀਂ ਵੀ ਕਿਸੇ ਵਿਅਕਤੀ ਨਾਲ ਸੀ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਕੋਈ ਗੱਲ ਹੈ ਉਦੋਂ ਵਰਦੀ ਸਿੱਖਾਂ ਵਾਸਤੇ ਕੋਈ ਗੱਲ ਨਹੀਂ ਜਿਵੇਂ ਮੁਸਲਮਾਨ ਵਾਸਤੇ ਮੱਕਾ ਹੈ ਤੇ ਗੁਰੂ ਗ੍ਰੰਥ ਸਾਹਿਬ ਤੋਂ ਗਾਹਾਂ ਵੀ ਸਿੱਖਾਂ ਵਾਸਤੇ ਉਜਾੜ ਉਜਾੜ ਹੈ ਇਸ ਕਰਕੇ ਇਸ ਮੋਰਚੇ ਨੂੰ ਲੱਖਾਂ ਦੀ ਗਿਣਤੀ ਵਿੱਚ ਵੀ ਲੋਕਾਂ ਨੇ ਸਮਰਥਨ ਦਿੱਤਾ ਹੁਣ ਜਿਹੜੀ ਤੁਸੀਂ ਕਵਾਲ ਕਰਿਆ ਵੀ अफਾਹਾਂ ਆ ਰਹੀਆਂ ਮੈਨੂੰ ਤਾਂ ਇਹ ਲੱਗਦਾ अफਾਹਾਂ ਦੇ ਵਿੱਚ ਬੜਾ ਨਹੀਂ ਜਾਣਾ ਚਾਹੀਦਾ ਜਿਹੜੇ ਪ੍ਰਬੰਧਕ ਹੈ ਉਹਨਾਂ ਨੇ ਬੜਾ ਕੁਝ ਵੇਖਣਾ ਹੁੰਦਾ ਹੈ ਜ਼ਿੰਮੇਵਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੇ ਕਿਵੇਂ ਮੋਰਚੇ ਨੂੰ ਜਿੱਤਣਾ ਹੈ ਕਿਹੜੀਆਂ ਕਿਹੜੀਆਂ ਮੰਗਾ ਉਹਨਾਂ ਨੇ ਮਨਾਉਣੀਆਂ ਸਰਕਾਰ ਨੇ ਆਪਦੇ ਪੱਖ ਤੋਂ ਲਾਹਨਤ ਕਰਨੀ ਹੁੰਦੀ ਹੈ ਚਲੋ ਜੇ ਕਿਤੇ ਕੋਈ ਗਰਾਫਟ ਆਉਗੀ ਉਸ ਟਾਈਮ ਵੇਖੀ ਜਾਊਗੀ ਅਜੇ ਤੱਕ ਤਾਂ ਆਪਾਂ ਨੂੰ ਇਹਦੇ ਜਿਹੜੇ ਬਰਗਾੜੀ ਮੋਰਚੇ ਦੇ ਪ੍ਰਬੰਧਕ ਹੈ ਉਹਨਾਂ ਦੇ ਵਿਸ਼ਵਾਸ ਹੀ ਕਰਨਾ ਚਾਹੀਦਾ ਵੇਖ ਲੈਣਾ ਚਾਹੀਦਾ ਕੱਲ ਨੂੰ ਹੀ ਸਰਕਾਰ ਉਹ ਕਹਿੰਦੇ ਆਉਂਦਾ ਦਾदूवाल ਸਾਹਿਬ ਦੀ ਵੀ ਇਹ ਵੀਡੀਓ ਜਿਹੜੀ ਫੇਸਬੁੱਕ ਤੇ ਚੱਲ ਰਹੀ ਹੈ ਉਹਨਾਂ ਨੇ ਪਹਿਲਾਂ ਕੱਲ ਕੁਝ ਇਹ ਕਿਹਾ ਸੀ ਵੀ ਮੈਨੂੰ ਮੰਡ ਸਾਹਿਬ ਨੇ ਦੱਸਿਆ ਤੇ ਮੇਰੀ ਪੂਰੀ ਡਿਟੇਲ ਚ ਗੱਲ ਨਹੀਂ ਹੋਈ ਅੱਜ ਉਹਨਾਂ ਨੇ ਇਹ ਦੱਸਿਆ ਵੀ ਮੈਨੂੰ ਮੰਡ ਸਾਹਿਬ ਨੇ ਦੱਸਿਆ ਵੀ ਸਾਡੀ ਇਹ ਜਿਹੜੀ ਫਾਈਨਲ ਗੱਲ ਜਿਹੜੀ ਹੋ ਚੁੱਕੀ ਹੈ ਭਾਈ ਗਰਦੀਪ ਸਿੰਘ ਬਠਿੰਡਾ ਜੀ ਦੀ ਵੀ ਇੱਕ ਵੀਡੀਓ ਆ ਰਹੀ ਹੈ ਉਹਨਾਂ ਨੇ ਵੀ ਕਿਹਾ ਵੀ ਭਰੋਸਾ ਰੱਖੋ ਜੇ ਕਿਤੇ ਕੋਈ ਏਸੀ ਗੱਲ ਹੋਊਗੀ ਅਸੀਂ ਮੋਰਚੇ ਨੂੰ ਵਿਚਾਲੇ ਨਹੀਂ ਛੱਡਾਂਗੇ ਮੋਰਚਾ ਜਿੱਤਣ ਵਾਸਤੇ ਲਾਇਆ ਮੋਰਚਾ ਮੋਰਚੇ ਵਾਸਤੇ ਨਹੀਂ ਲਾਇਆ ਉਹ ਬੜੀ ਅੱਛੀ ਗੱਲ ਹੈ ਦੇਖ ਲੈਣਾ ਚਾਹੀਦਾ ਵਿਸ਼ਵਾਸ ਕਰਨਾ ਚਾਹੀਦਾ ਹੈ ਵੀ ਕੀ ਹੁੰਦਾ ਮੋਰਚਾ ਸਫਲਤਾ ਵੱਲ ਵੱਧ ਹੈ ਦਾ ਉਹ ਜੇ ਕੋਈ ਕੋਈ ਗਰਾਵਟ ਆਉਗੀ ਤੇ ਉਹ ਫਿਰ ਵੇਖਿਆ ਜਾਊਗਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਮੋਰਚੇ ਵਿੱਚ ਮੰਗਾਂ ਜਿਹੜੀਆਂ ਅਜੇ ਰਿਪੋਰਟ ਆ ਜਿਹੜੀ ਐਸ ਆਈਟੀ ਦੀ ਉਹ ਆਉਣੀ ਹੈ ਉਹਦੇ ਵਿੱਚ ਉਦੋਂ ਬਾਅਦ ਉਹਦੇ ਤੇ ਕੀ ਕਾਰਵਾਈ ਹੁੰਦੀ ਹੈ ਇਹ ਲਿਖਤੀ ਸਮਝੌਤੇ ਜੋ ਹੋਣਗੇ ਮੋਰਚੇ ਦੇ ਪ੍ਰਬੰਧਕਾਂ ਨੂੰ ਸਾਰਿਆਂ ਨੂੰ ਪਤਾ ਬੜੇ ਸਿਆਣੇ ਐ ਬੜੀ ਇਮਾਨਦਾਰੀ ਧਿਆਨਨਦਾਰੀ ਦੇ ਨਾਲ ਉਹਨਾਂ ਨੇ 190 ਦਿਨ ਮੋਰਚਾ ਚਲਾਇਆ ਕੱਲ ਨੂੰ 191 ਦਿਨ ਹੋ ਜਾਊਗਾ ਉਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਦੇਖਣਾ ਚਾਹੀਦਾ ਵਿਸ਼ਵਾਸ ਕਰਨਾ ਚਾਹੀਦਾ ਸਵੀਆ ਸਾਹਿਬ ਇੱਕ ਪੱਖ ਦਾ ਮਸਲਾ ਆਪਣੇ ਸਾਹਮਣੇ ਹੋਰ ਆ ਰਿਹਾ ਅੱਜ ਖੈਰਾ ਤੇ ਬੈਂਸ ਬ੍ਰਦਰ ਤੇ ਦੂਸਰੇ ਡਾਕਟਰ ਗਾਂਧੀ ਤੇ ਹੋਰ ਕੁਝ ਜਿਹੜੇ ਰਾਜਨੀਤਿਕ ਜਿਹੜੇ ਦਲਾਂ ਨਾਲ ਜੁੜੇ ਲੋਕ ਐ ਉਹਨਾਂ ਵੱਲੋਂ ਇੱਕ ਮਾਰਚ ਸ਼ੁਰੂ ਕਰ ਸ਼ੁਰੂਆਤ ਕੀਤੀ ਗਈ ਹੈ ਦਮਨਵਾ ਸਾਹ ਤੋਂ 8 ਤੋਂ ਲੈ ਕੇ 16 ਤਰੀਕ ਤੱਕ ਜੋ ਪਟਿਆਲੇ ਖਤਮ ਹੋਊਗਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਲੋਕ ਸੰਯੋਗ ਦੇਣਗੇ ਉਹਨਾਂ ਦੀ ਨਵੀਂ ਪਾਰਟੀ ਬਣਾਉਂਦਾ ਕੋਈ ਹੈਗਾ ਅੱਗੇ ਪਲਾਨ ਸਾਰੇ ਚੀਜ਼ ਨੂੰ ਤੁਸੀਂ ਤੁਹਾਡੇ ਮਤਲਬ ਕੀ ਹੈ ਇਹ ਅਸਲ ਤੇ ਜੇ ਵੇਖਿਆ ਜਾਵੇ ਪੰਜਾਬ ਦੀ ਰਾਜਨੀਤੀ ਦੀ ਖੇਡ ਹੈ ਭਾਵੇਂ ਇਹਦੇ ਵਿੱਚ ਮੰਗਾ ਉਹ ਧਾਰਮਿਕ ਹੈ ਬਰਗਾੜੀ ਮੋਰਚੇ ਨਾਲ ਜੁੜੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸਾਨੀ ਦੇ ਮਸਲੇ ਐ ਮਜ਼ਦੂਰਾਂ ਕਿਸਾਨਾਂ ਨੇ ਕਿਉਂ ਖੁਦਕਸ਼ੀਆਂ ਕਰੀਆਂ ਕਿੰਨੀਆਂ ਖੁਦਕਸ਼ੀਆਂ ਹੋਈਆਂ ਇਸ ਮਸਲੇ ਨੂੰ ਵਿਚਾਰਨ ਦੀ ਖਾਤਰ ਲੋਕਾਂ ਚਲ ਜਾਣ ਖਾਤਰ ਖੈਰਾ ਸਾਹਿਬ ਵੱਲੋਂ ਬੈਸ ਭਰਾਮਾ ਵੱਲੋਂ ਹੋਰ ਜਿਹੜੇ ਇਹਨਾਂ ਦੇ ਸਹਿਯੋਗੀ ਗਰੁੱਪ ਐ ਉਹਨਾਂ ਵੱਲੋਂ ਅੱਜ ਤਲਵੰਡੀ ਸਾਬੋ ਤੋਂ ਅਨਸਾਫ ਮਾਰਚ ਦੇ ਨਾਂ ਤੇ ਇੱਕ ਮਾਰਚ ਆ ਜਿਹੜਾ ਉਹ ਕੱਢਿਆ ਗਿਆ ਜਿਹੜਾ ਕਿ 16 ਦਸੰਬਰ ਤੱਕ ਲਗਾਤਾਰ ਪਿੰਡਾਂ ਚ ਹੁੰਦਾ ਹੋਇਆ ਲੋਕਾਂ ਨੂੰ ਲਾਮਬੰਦ ਕਰੂਗਾ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਦਾ ਜਿੱਥੋਂ ਤੱਕ ਸੰਬੰਧ ਹੈ ਉਹ ਇਹ ਵੀ ਵੇਖਣ ਚ ਆਇਆ ਵੀ ਇਹ ਬਰਗਾੜੀ ਮੋਰਚੇ ਦੇ ਵਿੱਚ ਵੀ ਖੈਰਾ ਸਾਹਿਬ ਵੀ ਆਪਦੀਆਂ ਹਾਜ਼ਰੀਆਂ ਲਵਾਉਂਦੇ ਰਹੇ ਦੂਜੇ ਜਿਹੜੇ ਨੇਤਾ ਇਹਦੇ ਵਿੱਚ ਸ਼ਾਮਲ ਹੈ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਉਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਨੇ ਬਿਆਦਵੀਂ ਕਰੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਐ ਉਹਨਾਂ ਨੂੰ ਸਜ਼ਾਵਾ ਮਿਲਣੀ ਚਾਹੀਦੀ ਹੈ ਕਿਸਾਨਾਂ ਨੇ ਕਿਉਂ ਖੁਦਕਸ਼ੀਆਂ ਕਰੀਆਂ ਇਹਦੇ ਤੇ ਵੀ ਸਵੈ ਪ੍ਰਚੋਲ ਦੀ ਲੋੜ ਸੀ ਉਹ ਹੋਣੀ ਚਾਹੀਦੀ ਹੈ ਜੋ ਇਹ ਮਾਰਚ ਐ ਉਹ ਚੱਲ ਰਿਹਾ ਪਰ ਇਹ ਥੋੜਾ ਜਿਹਾ ਇਹਨਾਂ ਮੰਗਾ ਨਾਲੋਂ ਸਿਆਸੀ ਵੱਧ ਲੱਗਦਾ ਮੈਨੂੰ ਕਿਉਂਕਿ ਅੱਜਕੱਲ੍ਹ ਗਾਹਾਂ ਅਗਲੇ ਸਾਲ ਪਾਰਲੀਮੈਂਟ ਦੇ ਜਿਹੜੇ ਇਲੈਕਸ਼ਨ ਆ ਰਹੇ ਐ ਉਹਦੇ ਵਾਸਤੇ ਵੀ ਹੋ ਸਕਦਾ ਕਮਰ ਕਸੇ ਹੋ ਰਹੇ ਹੋਣ ਚਲੋ ਇਹ ਸਿਆਸੀ ਪਾਰਟੀਆਂ ਦੀ ਮਜਬੂਰੀ ਵੀ ਹੁੰਦੀ ਹੈ ਉਹਨਾਂ ਨੇ ਆਪਦੇ ਇਸ ਪਾਸੇ ਨੂੰ ਵੀ ਚੱਲਣਾ ਹੁੰਦਾ ਪਰ ਇਹ ਜਿਹੜੀਆਂ ਮੰਗਾਂ ਨੇ ਦੋਨੇ ਇਹ ਦੋਨੇ ਬਰਗਾੜੀ ਮੋਰਚੇ ਨਾਲ ਤੇ ਲੋਕਾਂ ਨਾਲ ਜੜੋਂ ਜੁੜੀਆਂ ਹੋਣਗੀਆਂ ਸਿਵਿਆ ਸਾਹਿਬ ਹੁਣ ਸਵਾਲ ਹੈ ਪੰਚਾਇਤੀ ਚੋਣਾਂ ਨਾਲ ਸੰਬੰਧਤ ਵੀ ਜੋ ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋ ਰਹੀਆਂ ਆ ਉਹਦੇ ਸੰਬੰਧੀ ਜੋ ਉਸ ਸਮੇਂ ਮਾਤਾ ਗੁਜਰਕਾਉ ਤੇ ਛੋਟੇ ਸਾਬਜਾ ਦੰਦਾ ਵੀ ਸੀਦੀ ਦਿਹਾੜਾ ਹੁੰਦਾ ਤੇ ਉਹ ਲੋਕ ਕਾਫੀ ਲੋਕ ਸੋਸਾਇਟੀਾਂ ਤੇ ਵੈਸੇ ਵੀ ਵਿਰੋਧ ਕਰ ਰਹੇ ਆ ਵੀ ਸੀਦੀ ਜਿਉ ਦਿਹਾੜਿਆਂ ਦੇ ਦਿਨਾਂ ਦੇ ਮੌਕੇ ਵੀ ਇਹ ਚੋਣਾਂ ਨਹੀਂ ਹੋਣੀ ਚਾਹੀਦੀਆਂ ਕਿਉਂਕਿ ਨਸ਼ਿਆਂ ਦੀ ਤੁਹਾਨੂੰ ਪਤਾ ਵੀ ਖੁੱਲੇ ਆਮ ਵਰਤੋਂ ਹੁੰਦੀ ਹੈ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਿੱਖ ਇਤਿਹਾਸ ਦਾ ਜਿਹੜਾ ਸਭ ਤੋਂ ਵੱਡਾ ਮੋੜ ਹੈ ਉਹ ਦਸੰਬਰ ਮਹੀਨਾ ਹੈ 6 ਤੇ 7 ਪੋ ਦੀ ਦਰਵਿਆਨੀ ਰਾਤ ਨੂੰ ਧਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸਾਰੇ ਪਰਮਾਸ਼ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਸਾਰਾ ਪਰਿਵਾਰ ਸਰਸਾ ਨਦੀ ਦੇ ਕਿਨਾਰੇ ਤੋਂ ਜਿਉਂਦਾ ਵਿਛੜਿਆ ਜਿਹੜਾ ਮੁੜ ਮਿਲ ਨਹੀਂ ਸਕਿਆ ਬਹੁਤ ਸਾਰਾ ਸਾਡਾ ਇਤਿਹਾਸ ਆ ਜਿਹੜਾ ਉਹ ਸਰਸਾ ਨਦੀ ਦੀ ਭੇਟਾ ਚੜ ਗਿਆ ਤੇ ਖਤਮ ਹੋ ਗਿਆ ਚਮਕੌਰ ਦੇ ਸਾਹਵ ਵੱਡੇ ਸ਼ਹਿਬਜਾਦੇ ਦੀ ਸ਼ਹੀਦੀ ਤਿੰਨ ਪਿਆਰਿਆਂ ਦੀ ਸ਼ਹੀਦੀ ਭਾਈ ਸੰਗਤ ਸਿੰਘ ਦੀ ਸ਼ਹੀਦੀ ਇਹ ਜਿੱਥੇ ਇਤਿਹਾਸ ਆ ਜਿਹੜਾ ਭਾਵੇਂ ਸਾਡਾ ਇਸਨੈਰੀ ਅੱਖਰਾਂ ਦਾ ਸ਼ਿੰਗਾਰ ਹੈ ਉਦੋਂ ਚਾਰ ਦਿਨਾਂ ਬਾਅਦ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਮਾਤਾ ਗੁਜਰ ਕੌਰ ਦੀ ਸ਼ਹੀਦੀ ਇਹ ਸਿੱਖਾਂ ਦੇ ਹਿਰਦਿਆਂ ਨੂੰ ਬਲੁੰਦਰ ਕੇ ਰੱਖ ਦਿੰਦੀ ਹੈ ਤੇ ਪਿੱਛੇ ਵੀ ਜਿਹੜਾ ਇਹ ਪੋ ਹੈ ਪੋ ਮਹੀਨੇ ਦੇ ਵਿੱਚ ਇੱਕ ਕਹਾਵਤ ਸੀ ਕੋਈ ਵਿਆਹ ਸਾਦੀ ਖੁਸ਼ੀ ਇਥੋਂ ਤੱਕ ਸਿੱਖ ਆਪਦੇ ਘਰਾਂ ਦੇ ਵਿੱਚ ਕੋਈ ਮਿੱਠੀ ਚੀਜ਼ ਵੀ ਨਹੀਂ ਬਣਾਉਂਦੇ ਸੀ ਕਿਉਂਕਿ ਪਹਿਲਾਂ ਤਾਂ ਇਹ ਵੀ ਮੈਂ ਸੁਣਿਆ ਹੈ ਵੀ ਸਿੱਖ ਮੰਜਿਆਂ ਦੇ ਪਹਿਣਾ ਵੀ ਛੱਡ ਕੇ ਥੱਲੇ ਪੈਂਦੇ ਕਿਉਂਕਿ ਗੁਰੂ ਮਾਰਾ ਨੂੰ ਸਮਰਪਿਤ ਸਿੱਗੇ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਭੁੱਲਣਾ ਨਹੀਂ ਚਾਹੀਦਾ ਇਹ ਬਹੁਤ ਵੱਡਾ ਸਾਡੇ ਵਾਸਤੇ ਭਾਵੇਂ ਸਾਡਾ ਇਤਿਹਾਸ ਵੀ ਇੱਥੇ ਬੰਦਾ ਹੈ ਪਰ ਸਾਡੇ ਵਾਸਤੇ ਇੱਕ ਬਹੁਤ ਵੱਡੀ ਤਰਾਸ਼ਦੀ ਹੈ ਸਾਰਾ ਪਰਿਵਾਰ ਦਾ ਗੁਰੂ ਸਾਹਿਬ ਦਾ ਵਿਛੜ ਜਾਣਾ ਅਸੀਂ ਸ਼ੁਕਰਾਨਾ ਨਾਲ ਉਹਦਾ ਕਰ ਸਕਣਾ ਅਸੀਂ ਇਹ ਦਿਨ ਵੀ ਨਾ ਮਨਾ ਸਕਣਾ ਕਿੱਥੇ ਅਸੀਂ ਹੋ ਦੂਜੀਆਂ ਕੰਮਾਂ ਦੀ ਅਰੀਸ ਕੀ ਕਰਾਂਗੇ ਇਸ ਕਰਕੇ ਇਹ ਲੋਕਾਂ ਵੱਲੋਂ ਜਿਹੜੀ ਗੱਲ ਆ ਰਹੀ ਹੈ ਉਹ ਵਾਜਬ ਹੈ ਕਿਉਂਕਿ ਇਲੈਕਸ਼ਨ ਜੇ ਹੋਣਗੇ ਨਸ਼ੇ ਵੀ ਲੋਕਾਂ ਨੂੰ ਵਰਤਾਏ ਜਾਣਗੇ ਹੋ ਸਕਦਾ ਕੋਈ ਕੈਂਡੀਡੇਟ ਇਹ ਵੀ ਹੋਵੇ ਜਿਹੜਾ ਨਾਂ ਵਰਤਾਵੇ ਪਰ ਫਿਰ ਵੀ ਇਲੈਕਸ਼ਨ ਹਨਾ ਖੁਸ਼ੀ ਦਾ ਮਾਹੌਲ ਬਣਦਾ ਹੈ ਇਸ ਕਰਕੇ ਲੋਕਾਂ ਨੇ ਜਿਹੜੀ ਇਹ ਆਵਾਜ਼ ਹੈ ਲੋਕਾਂ ਦੀ ਮੈਨੂੰ ਉਹ ਜਾਇਜ਼ ਲੱਗਦੀ ਹੈ ਕਿਉਂਕਿ ਸਾਡੇ ਵਾਸਤੇ ਇਦੋਂ ਮਾੜਾ ਦਿਹਾੜਾ ਕੋਈ ਨਹੀਂ ਅਸੀਂ ਪੋਹ ਦੇ ਦਿਨਾਂ ਨੂੰ ਭੁੱਲ ਨਹੀਂ ਸਕਦੇ ਨਾ ਇਹਨੂੰ ਇਤਿਹਾਸ ਨਾ ਇਹਨੂੰ ਦੁਨੀਆ ਦਾ ਕੋਈ ਵੀ ਰਹਿੰਦੀ ਦੁਨੀਆ ਤੱਕ ਆ ਜਿਹੜੇ ਇਹ ਦਿਨ ਆ ਜਿਹੜੇ ਸਾਡੇ ਵਾਸਤੇ ਸੋਗਦੇ ਆ ਸਾਨੂੰ ਸੋਗ ਮਨਾਉਣਾ ਚਾਹੀਦਾ ਹੈ ਘਰਾਂ ਦੇ ਵਿੱਚ ਗੁਰੂ ਮਾਰਾ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਦਾ ਸ਼ੁਕਰਾਨਾ ਕਰਨਾ ਚਾਹੀਦਾ ਜਿਨ੍ਹਾਂ ਨੇ ਸਾਰਾ ਪਰਿਵਾਰ ਬਾਰ ਕੇ ਤੇ ਸਾਡੇ ਤੇ ਕਿਰਪਾ ਕਰੀ ਇਸ ਕਰਕੇ ਲੋਕਾਂ ਦੀ ਮੰਗ ਜਾਇਜ਼ ਹੈ ਤੁਸੀਂ ਦੇਖ ਰਹੇ ਸੀ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਅਸੀਂ ਸਿਵੀਆਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਇਹ ਜ਼ਰੂਰ ਕਹਾਂਗੇ ਵੀ ਤੁਹਾਨੂੰ ਸਾਡੇ ਇੰਟਰਵਿਊ ਤੇ ਹੋਰ ਵੀਡੀਓਜ਼ ਕਿਵੇਂ ਲੱਗਦੀਆਂ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਕਮੈਂਟ ਕਰੋ ਧੰਨਵਾਦ